ਕਸਾਬ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਕਿਸਾਨੀ ਸ਼ਾਇਦ 2 ਸਾਲ ਦੇ ਕਾਨੂੰਨ ਰੱਦ ਦੇ ਮਾਮਲੇ 'ਚ ਸਹਿਮਤੀ ਜਤਾ ਦੇਣ ਕੀ ਕਹਿਣਾ ਹੈ ਬਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਿਆਨ ਨੂੰ ਉਹ ਸ਼੍ਰੋਵੀਰੋਧੀ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਕਿਸਾਨਾਂ ਦੇ ਕੋਲੋਂ ਫੀਡਬੈਕ ਮਿਲ ਰਹੀ ਹੈ ਕਿ ਸ਼ਾਇਦ 2 ਜਾਂ 3 ਸਾਲ ਬਾਅਦ ਸੇ ਕੇਂਦਰ ਸਰਕਾਰ ਨੂੰ ਸਮਝਣ ਵਾਸਤੇ ਇਹ ਕਾਨੂੰਨਾਂ ਨੂੰ ਜੇ ਰੱਦ ਕਰ ਦੇਣ ਤੇ ਸ਼ਾਇਦ ਇੱਥੇ ਸਹਿਮਤੀ ਬਣ ਜਾਈ ਪਰ ਇਹਦਾ ਮਤਲਬ ਇਹ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਇਹ ਕਾਨੂੰਨਾਂ ਦੇ ਹੱਕ 'ਚ ਜਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਨੂੰਨ ਲਾਗੂ ਕਰਨਾ ਚਾਹੁੰਦੇ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਕਮਿਟਮੈਂਟ ਫੇਰ ਅੱਜ ਦੁਹਾਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਇਹ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਨਹੀਂ ਹੋਣਗੇ ਇਹ ਰੇੜਕਾ ਕੇਂਦਰ ਸਰਕਾਰ ਨੇ ਪਾਇਆ ਹੋਇਆ ਹੈ ਉਸਤੇ ਕੈਪਟਨ ਅਮਨਿੰਦਰ ਸਿੰਘ ਨੇ ਬਿਆਨ ਦਿੱਤਾ ਸਾਡੀ ਕਾਂਗਰਸ ਪਾਰਟੀ ਦੀ ਪੂਰੇ ਦੇਸ਼ ਦੇ ਅੰਦਰ ਕਮਿਟਮੈਂਟ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਛਤੀਸਗੜ੍ਹ ਚ ਕਾਂਗਰਸ ਸਰਕਾਰ ਹੈ ਰੱਦ ਕਰਾਂਗੇ ਔਰ ਰਾਜਸਥਾਨ ਚ ਕਾਂਗਰਸ ਸਰਕਾਰ ਹੈ ਰੱਦ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਦਾ ਤੇ ਪੰਜਾਬ ਦਾ ਰਖਵਾਲਾ ਕਹਿਆ ਜਾਂਦਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆ ਇਹ ਕਿਸਾਨ ਸੇਫ ਹੱਥਾਂ ਦੇ ਵਿੱਚ ਹੈ ਤੇ ਕਿਸੇ ਵੀ ਸੂਰਤ ਦੇ ਵਿੱਚ ਇਹ ਪੰਜਾਬ ਵਿੱਚ ਕਾਨੂੰਨ ਲਾਗੂ ਨਹੀਂ ਹੋਣੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ